ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਅਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੇ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਸ਼ਨਿਚਰਵਾਰ ਦੇ ਪ੍ਰੋਗਰਾਮ 'ਚ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 468-272-2500 ਦੇ ਉੱਤੇ, ਨਾਲ ਕ੍ਰਿਸ਼ਨ ਤਨੋਤਾ ਯੂਬਰ ਸਿਟੀ, ਸਤਪਾਲ ਸਿੰਘ ਟਰੇਸੀ, ਜੱਸੀ ਗਿੱਲ ਬੇਕਰਸਫੀਲਡ, ਮੇਜਰ ਸਿੰਘ ਫਰੈਜਨੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਉੱਤੇ ਖਰੀਦ ਸਕਦੇ ਹੋ। ਸੈਂਟਰ ਨੇਲਾ ਅਤੇ ਮੰਡੇਰਾ 'ਚ ਲੋਕੇਸ਼ਨਸ ਨੇ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113, ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਏ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ ਨੌਨ ਵੈਜ ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਲੋਕੇਸ਼ਨਸ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizza.com, ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰ ਸਕਦੇ ਹੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈ ਕੇ ਦਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਅਜੀਤ ਅਟਵਾਲ 509-374-4541 ਜਾਂ ਫਰਾਂਸਿਸ ਕੋਰਵੇਰਾ 509-800-0590 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-728-7698 ਦੇ ਉੱਤੇ। ਗੱਲਬਾਤ ਦਾ ਮਿੰਟੂ ਜੀ ਸਿਲਸਿਲਾ ਸ਼ੁਰੂ ਕਰਦੇ ਹਾਂ। ਕੱਲ੍ਹ ਦੀਆਂ ਤਸਵੀਰਾਂ ਸਾਰਿਆਂ ਨੇ ਜਿਹੜੀਆਂ ਕਈ ਤਰੀਕੇ ਦੀਆਂ ਦੇਖੀਆਂ ਆ, ਕਹਿੰਦੇ ਬਾਦਲਾਂ ਦੇ ਪਛਤਾਪ ਮੁਹਿੰਮ ਸ਼ੁਰੂ ਹੋਈ, ਪਰਿਵਾਰ ਨੇ ਕੀਤੀ ਸੇਵਾ। ਦੇਖੋ ਇਹ ਪਛਤਾਪ ਮੁਹਿੰਮ ਆ ਜਿਹੜੀ ਵੈਸੇ ਤੇ ਅੱਜ ਸ਼ੁਰੂ ਹੋਈ ਆ, ਉਹ ਤਰਾਏ ਦੀ ਚਰਚਾ ਜਿਹੜੀ ਉਹ 2 ਦਿਨ ਪਹਿਲਾਂ ਹੀ ਚੱਲ ਪਈ ਸੀਗੀ, ਕਿਉਂਕਿ ਖਬਰਾਂ ਵੀ ਆ ਗਈਆਂ ਸੀਗੀਆਂ, ਸੂਚਨਾਵਾਂ ਵੀ ਆ ਗਈਆਂ ਸੀਗੀਆਂ ਕਿ ਇਹ ਇਸ ਤਰ੍ਹਾਂ ਜਾ ਕੇ ਪਛਤਾਪ ਕਰਨਗੇ। ਉਤਰਾ ਡੇਢ ਕੁ ਮਹੀਨਾ ਪਹਿਲਾਂ ਹੀ ਸੰਕੇਤ ਮਿਲ ਗਏ ਸੀਗੇ। ਵੈਸੇ ਉਦੋਂ ਆਉਂਦੇ ਸੀਗੇ ਕਿ 14 ਦਸੰਬਰ ਜਿਹੜਾ ਕਿ ਅਕਾਲੀ ਦਲ ਦਾ ਸਥਾਪਨਾ ਦਿਹਾੜਾ, ਉਦਣ ਜਾ ਕੇ ਉਸ ਦਿਨ ਤੇ ਉਸ ਦਿਹਾੜੇ ਤੇ ਜਾ ਕੇ ਇਹ ਖਿਮਾ ਯਾਚਨਾ ਕਰ ਸਕਦੇ ਆ, ਕਿਉਂਕਿ ਵਿੱਚ ਫਿਰ ਇਜਲਾਸ ਆ ਗਿਆ ਸਰਦ ਰੁੱਤ ਦਾ ਅਸੈਂਬਲੀ ਵਾਲਾ। ਇਸ ਕਰਕੇ ਸ਼ਾਇਦ ਇਹਨਾਂ ਨੇ ਇਹੋ ਹੀ ਸੋਚਿਆ ਕਿ ਬਾਦਲ ਸਾਹਿਬ ਦੇ ਜਨਮ ਦਿਨ ਤੇ ਇਹ ਤੋਹਫਾ ਦੇ ਦਿੱਤਾ ਜਾਵੇ। ਅੱਜ ਇਹ ਸਾਰਾ ਟੱਬਰ ਉੱਥੇ ਪਹੁੰਚਿਆ, ਨਾਲ ਇਹਨਾਂ ਦੇ ਹੋਰ ਲੋਕ ਲਾਣਾ ਸੀਗਾ। ਇਹਨਾਂ ਨੇ ਜੋ ਵੀ ਸੇਵਾ ਕਰਨੀ ਸੀ ਕੀਤੀ ਆ, ਜੋੜਿਆਂ ਦੀ ਸੇਵਾ ਕੀਤੀ ਆ, ਲੰਗਰ ਦੀ ਸੇਵਾ ਵੀ ਬਾਹਰ ਸਿਮਰਤ ਕੌਰ ਬਾਦਲ ਨੇ ਕੀਤੀ। ਔਰ ਵੇਖਣ ਵਾਲੀ ਗੱਲ ਸੀ ਕਿ ਜਿੱਦਾਂ ਤੁਸੀਂ ਤਸਵੀਰਾਂ 'ਚ ਵੇਖਿਆ ਹੋਣਾ ਕਿ ਸਪੋਰਟਸ ਸ਼ੂਜ਼ ਨੂੰ ਵੀ ਪਾਲਿਸ਼ ਜਿਹੜੀ ਆ ਉਹ ਵਜਨ ਦੇ ਚਰਚੇ ਰਹੇ ਆ। ਫਿਰ ਇਸ ਤੋਂ ਇਲਾਵਾ ਦਾੜੇ ਪ੍ਰਕਾਸ਼ ਸੀਗੇ ਸੁਖਬੀਰ ਸਿੰਘ ਬਾਦਲ ਦੇ ਵੀ, ਔਰ ਬਿਕਰਮਜੀਤ ਸਿੰਘ ਮਜੀਠੀਆ ਦੇ ਵੀ। ਪ੍ਰਕਾਸ਼ ਸਿੰਘ ਬਾਦਲ ਨੇ ਵੀ ਅੱਜ ਕੋਈ ਗੱਲ ਨੀ ਕੀਤੀ, ਉਹ ਕਹਿੰਦੇ ਕਿ ਅਸੀਂ ਇੱਥੇ 2-3 ਦਿਨ ਸੇਵਾ ਕਰਾਂਗੇ, ਉਸ ਤੋਂ ਬਾਅਦ ਹੀ ਕੋਈ ਗੱਲ ਕਰਾਂਗੇ। ਜਦਕਿ ਸਾਰਾ ਪੰਜਾਬ ਜਾਂ ਪੰਜਾਬ ਤੋਂ ਬਾਹਰ ਵਸਦੇ ਜਿਹੜੇ ਪੰਜਾਬੀ ਆ ਉਹ ਇਸ ਗੱਲ ਨੂੰ ਲੈ ਕੇ ਉਤਸੁਕ ਸਨ ਕਿ ਆਖਿਰ ਇਹ ਜਿਹੜੀ ਖਿਮਾ ਯਾਚਨਾ ਉਹ ਕਿਸ ਗਲਤੀ ਵਾਸਤੇ ਕੀਤੀ ਜਾ ਰਹੀ ਆ। ਤੋ ਇਹ ਸਭ ਕੁਛ ਚੱਲਦਾ ਰਿਹਾ ਪਰ ਹਾਲੇ ਤੱਕ ਪਤਾ ਨੀ ਲੱਗ ਸਕਿਆ ਕਿ ਗਲਤੀ ਕੀ ਆ। ਔਰ ਕਮਾਲ ਦੀ ਗੱਲ ਆ ਕਿ ਜਥੇਦਾਰ ਵੀ ਇਸ ਮਾਮਲੇ ਦੇ ਵਿੱਚ ਚੁੱਪ ਗੜੋਪਿਆ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਹੈ ਗੋਬਿੰਦ ਸਿੰਘ ਲੌਂਗੋਵਾਲ ਉਹ ਤੇ ਨਾਲ ਹੀ ਸੀਗੇ, ਪਰ ਜਥੇਦਾਰਾਂ ਨੇ ਵੀ ਕੋਈ ਪੁੱਛਣ ਦੀ ਚੇਸ਼ਟਾ ਨੀ ਕੀਤੀ ਕਿ ਆਖਿਰ ਖਿਮਾ ਯਾਚਨਾ ਹੈ ਕਾਹਦੀ ਆ। ਇਹਦਾ ਮਤਲਬ ਇਹ ਆ ਕਿ ਜੇ ਇਹ ਇਹ ਗੱਲ ਨਹੀਂ ਮੰਨਦੇ ਕਿ ਅਸੀਂ ਖਿਮਾ ਯਾਚਨਾ ਇਸ ਕੰਮ ਲਈ ਨਹੀਂ ਕੀਤੀ ਤਾਂ ਫਿਰ ਸਭ ਤੋਂ ਵੱਡਾ ਸਵਾਲ ਇਹੋ ਹੀ ਪੈਦਾ ਹੁੰਦਾ ਕਿ ਕੀ ਪ੍ਰਸ਼ਾਸਕੀ ਗਲਤੀਆਂ ਸੀਗੀਆਂ। ਜੇ ਪ੍ਰਸ਼ਾਸਕੀ ਗਲਤੀਆਂ ਤੇ ਫਿਰ ਜਨਤਾ ਦੇ ਵਿੱਚ ਆ ਕੇ ਮੰਨਣਾ ਚਾਹੀਦਾ ਸੀਗਾ ਜਾ ਕੇ ਅਕਾਲ ਤਖ਼ਤ ਤੇ ਕਿਉਂ? ਔਰ ਜੇ ਕਹਿੰਦੇ ਕਿ ਪ੍ਰਸ਼ਾਸਕੀ ਗਲਤੀਆਂ ਨਹੀਂ ਧਾਰਮਿਕ ਗਲਤੀਆਂ ਤੇ ਫਿਰ ਸਿੱਧਾ ਇਹਨਾਂ ਨੂੰ ਤਲਬ ਕੀਤਾ ਜਾਣਾ ਚਾਹੀਦਾ ਸੀ ਜਥੇਦਾਰ ਵੱਲੋਂ। ਇਹ ਤਾਂ ਆਪਾਂ ਨੂੰ ਵੀ ਪਤਾ ਹੀ ਆ ਕਿ ਗਲਤੀਆਂ ਕਿਸ ਤਰ੍ਹਾਂ ਦੀਆਂ ਮੰਨੀਆਂ ਜਾ ਰਹੀਆਂ, ਔਰ ਗਲਤੀ ਦੇ ਵਿੱਚ ਵੀ ਇੱਕ ਗਫਲਤ ਪੈਦਾ ਕੀਤੀ ਜਾ ਰਹੀ ਹੈ, ਇੱਕ ਗਲਤ ਫਹਿਮੀ ਪੈਦਾ ਕੀਤੀ ਜਾ ਰਹੀ ਆ ਕਿ ਲੋਕ ਇਹ ਸਮਝ ਹੀ ਨਾ ਸਕਣ ਕਿ ਆਖਰੀ ਖਿਮਾ ਯਾਚਨਾ ਜਿਹੜੀ ਉਹ ਕਿਹੜੀ ਗਲਤੀ ਦੀ ਹੋ ਰਹੀ ਹੈ। ਇਹ ਵੀ ਇੱਕ ਭੰਬਲ ਭੂਸਾ। ਉਹਦਾ ਜਿਸ ਤਰੀਕੇ ਦਾ ਰਿਐਕਟ ਹੋਇਆ, ਜਿਸ ਤਰੀਕੇ ਦਾ ਪ੍ਰਤੀਕਰਮ ਆਇਆ, ਤਾਂ ਮੇਰੇ ਖਿਆਲ ਦੇ ਨਾਲ ਇਹ ਭੁੱਲ ਬਖਸ਼ਾਉਣ ਵਾਲੀ ਜਿਹੜੀ ਇਹਨਾਂ ਦੀ ਸੀਗੀ ਉਹ ਵੀ ਇੱਕ ਭੋਲੀ ਸਾਬਤ ਹੋਈ ਆ। ਕਿਉਂਕਿ ਕਈ ਵਾਰ ਇਹ ਹੁੰਦਾ ਕਿ ਜੋ ਤੁਸੀਂ ਸੋਚ ਕੇ ਚੱਲਦੇ ਹੋ ਤਾਂ ਉਲਟਾ ਅਸਰ ਵੀ ਹੁੰਦਾ।
ਕਿਉਂਕਿ ਸਾਰੇ ਕਹਿਣ ਲੱਗ ਪਏ ਕਿ ਨਾ ਟਿਕਿਆ ਨਾ ਟਿਕਿਆ ਨਾ ਟਿਕਿਆ, ਯਾਨੀ ਜਿਹੜਾ ਆਖਰੀ ਪੱਤਾ ਸੀਗਾ ਤੁਸੀਂ ਉਹ ਵੀ ਖੇਡ ਦਿੱਤਾ, ਤੇ ਜੇ ਉਹ ਵੀ ਪੁੱਠਾ ਪੈ ਗਿਆ ਤੇ ਫਿਰ ਤੇ ਭਾਈ ਤੁਹਾਡੇ ਕੋਲ ਫਿਰ ਆਪ ਤੋਂ ਬਿਨਾਂ ਕੁਛ ਨੀ ਬਚੇਗਾ। ਹੁਣ ਦੇਖਣਾ ਇਹ ਹੋਏਗਾ ਕਿ ਅੱਗੇ ਜਾ ਕੇ ਕਿ ਅਕਾਲ ਤਖ਼ਤ ਦਾ ਜਥੇਦਾਰ ਪੁੱਛਣ ਦੀ ਚੇਸ਼ਟਾ ਕਰੂਗਾ ਕਿ ਹਾਂ ਭਾਈ ਕਿਮਾ ਯਾਚਨਾ ਕਿਸ ਗਲਤੀ ਦੀ ਆ, ਕਿ ਪ੍ਰਸ਼ਾਸਕੀ ਕੰਮਾਂ ਦੀ ਜਾਂ ਧਾਰਮਿਕ ਕੰਮਾਂ ਦੀ। ਔਰ ਦੂਸਰੀ ਜਿਹੜੀ ਸਭ ਤੋਂ ਵੱਡੀ ਚਰਚਾ ਜਿਹੜੀ ਇਸ ਵੇਲੇ ਚੱਲਦੀ ਆ ਕਿ ਕੀ ਲੋਕ ਪ੍ਰਵਾਨ ਕਰਨਗੇ, ਔਰ ਬਹੁ ਗਿਣਤੀ ਦੇ ਵਿੱਚ ਅੱਜ ਅਸੀਂ ਸੋਸ਼ਲ ਮੀਡੀਆ ਤੇ ਜਿੱਦਾਂ ਦਾ ਰਿਐਕਸ਼ਨ ਦੇਖਿਆ ਲੋਕਾਂ ਦਾ, ਉਹ ਤੋਂ ਜਾਪਦਾ ਹੈ ਕਿ ਅਕਾਲੀ ਦਲ ਵਾਸਤੇ ਹਾਲੇ ਰਾਹ ਜਿਹੜੇ ਉਬੜ ਖਾਬੜੀ ਰਹਿਣਗੇ, ਪੱਧਰੇ ਨਹੀਂ ਹੁੰਦੇ ਦਿਖਾਈ ਦਿੰਦੇ। ਜੀ ਤੇ ਮਿੰਟੂ ਜੀ, ਇੱਕ ਚੀਜ਼ ਜ਼ਰੂਰ ਸੋਚਣ ਵਾਲੀ ਵੀ ਆ ਤੇ ਪੁੱਛਣ ਵਾਲੀ ਵੀ ਆ, ਜਦ ਕੀ ਐਕਚੁਅਲ 'ਚ ਜਿਹੜਾ ਪਛਤਾਤਾਪ ਜਾਂ ਮਾਫ਼ੀ ਕਰ ਰਹੇ ਸੀ, ਕੀ ਆਮ ਲੋਕਾਂ ਨੂੰ ਵੀ ਨਾਲ ਉੱਥੇ ਜਿਹੜੇ ਐਕਚੁਅਲ ਸੇਵਾ ਕਰਦੇ ਉਹਨਾਂ ਨੂੰ ਕਰਨ ਦਿੱਤੀ ਗਈ ਜਾਂ ਉਹਨਾਂ ਨੂੰ ਉੱਥੋਂ ਖਦੇੜ ਦਿੱਤਾ ਗਿਆ ਸੀ? ਨਹੀਂ ਦੇਖੋ, ਇਹਨਾਂ ਦੀ ਸੇਵਾ ਦਾ ਜਿਹੜਾ ਢੰਗ ਆ ਉਹ ਐਸਾ ਹੁੰਦਾ ਕਿ ਵਿੱਚ ਜਗ੍ਹਾ ਮਿਲ ਜਾਂਦੀ ਆ, ਉਹ ਵੀ VIP ਜਗ੍ਹਾ ਬਣ ਜਾਂਦੀ ਆ। ਦੇਖ ਲਓ, ਹਾਲਾਂਕਿ ਸੇਵਾ ਕਾਦੀ ਗੁਰੂ ਕੇ ਲੰਗਰ ਹੈ ਜਿਹੜੇ ਉਹ ਲੰਗਰ ਤੋਂ ਉੱਥੇ ਹੋਣਗੇ, ਪਰ ਉਹ ਜਗ੍ਹਾ ਬਣ ਜਾਂਦੀ ਆ। ਉਨੀ ਕੁ ਜਗ੍ਹਾ ਦੇ ਵਿੱਚ ਜਿਹੜੇ ਦੂਸਰੇ ਸੇਵਾਦਾਰ ਹੁੰਦੇ ਆ ਉਹਨਾਂ ਨੂੰ ਪਾਸੇ ਵੀ ਕਰ ਦਿੱਤਾ ਜਾਂਦਾ ਕਈ ਵਾਰ। ਹਾਲਾਂਕਿ ਮੈਨੂੰ ਨੀ ਪਤਾ ਕਿ ਅੱਜ ਕਿਸ ਤਰ੍ਹਾਂ ਦੀ ਵਿਵਸਥਾ ਕੀਤੀ ਗਈ, ਕਿਉਂਕਿ ਬਹੁਤ ਵੱਡੇ ਲੀਡਰ ਪਹੁੰਚੇ ਸੀਗੇ। ਆਮ ਤੌਰ ਤੇ ਆਪਾਂ ਦੇਖਦੇ ਹਾਂ ਨਾ ਕਿ ਜਦੋਂ ਕੋਈ ਹੋਰ ਵੀ ਆਉਂਦਾ, ਜਦੋਂ ਗੈਰ ਸਿੱਖ ਆਉਂਦਾ ਜਾਂ ਕੋਈ ਬਾਹਰੋਂ ਆਉਂਦਾ ਕਿਸੇ ਦੇਸ਼ ਦਾ, ਕੋਈ ਪ੍ਰਧਾਨ ਮੰਤਰੀ ਜਾਂ ਕੋਈ ਹੋਰ ਮੁਖੀ ਆਉਂਦਾ ਸਟੇਟ ਦਾ, ਤਾਂ ਉਹ ਆ ਕੇ ਜਿਸ ਤਰ੍ਹਾਂ ਦੀ ਸੇਵਾ ਕਰਦਾ ਤਾਂ ਉਹਦੇ ਵਿੱਚ ਜਗ੍ਹਾ ਬਣਾ ਦਿੱਤੀ ਜਾਂਦੀ। ਐਸੀ ਮੇਰੇ ਖਿਆਲ ਦੇ ਨਾਲ ਕੋਈ ਹੈ ਨੀ ਕਿ ਅਵਿਵਸਥਾ ਉੱਥੇ ਪੈਦਾ ਹੋਈ ਹੋਏਗੀ, ਪਰ ਇਹ ਜ਼ਰੂਰ ਆ ਕਿ ਜਿਸ ਤਰੀਕੇ ਨਾਲ ਉੱਥੇ ਸਿਕਿਉਰਿਟੀ ਦੇ ਇੰਤਜ਼ਾਮਾਤ ਹੋਏ ਹੋਣਗੇ, ਜਿਸ ਤਰੀਕੇ ਨਾਲ ਧੱਕਾ ਮੁੱਕੀ ਉਧਰ ਛੱਲੀ ਹੋਏਗੀ ਆਪਾਂ ਨੂੰ ਪਤਾ ਹੀ ਆ, ਤਾਂ ਉਹਦੇ ਨਾਲ ਮਿੰਟੂ ਜੀ ਮਿੰਟੂ ਜੀ ਮੈਨੂੰ ਲੱਗਦਾ ਜੀ ਕੋਈ ਲਾਈਨ ਦੇ ਵਿੱਚ ਦਿੱਕਤ ਆ। ਤੁਹਾਨੂੰ ਅੱਜ ਤੁਹਾਡੀ ਆਵਾਜ਼ ਕੱਟੀ ਗਈ ਸੀ, ਇੱਦਾਂ ਲੱਗ ਰਿਹਾ ਸੀ ਜਿੱਦਾਂ ਨਾ ਫੋਨ ਬਾਦਲਾਂ ਨੇ ਕੱਟ ਦਿੱਤਾ ਤੁਹਾਡਾ, ਗੱਲ ਨਹੀਂ ਜਾਣ ਦੇਣਾ ਚਾਹੁੰਦੇ ਜੀ। ਜੀ ਨਹੀਂ, ਮੈਂ ਕਹਿ ਰਿਹਾ ਸੀਗਾ ਕਿ ਜੋ ਮਰਜ਼ੀ ਆ ਇੰਤਜ਼ਾਮਾਤ ਜਿੱਦਾਂ ਦੇ ਹੋਏ ਹੋਣਗੇ ਤਾਂ ਉਹਦੇ ਨਾਲ ਆਮ ਸ਼ਰਧਾਲੂ ਤੇ ਜ਼ਰੂਰ ਅਸਰ ਪੈਂਦਾ ਜਦੋਂ ਵੀ ਇਸ ਤਰ੍ਹਾਂ ਦੀ ਕੋਈ VIP ਵਿਵਸਥਾ ਵਿੱਚ ਕੀਤੀ ਜਾਂਦੀ ਹੈ, ਕਿਉਂਕਿ ਸਿਕਿਉਰਿਟੀ ਕੰਸਰਨ ਨੇ ਵਿਵਸਥਾ ਇਹਨਾਂ ਨੂੰ ਅਲੱਗ ਕੀਤੀ ਹੋਊਗੀ। ਜੀ 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 ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਉੱਧਰ ਸੁਖਪਾਲ ਖਹਿਰੇ ਤੇ ਉਹਦੇ ਸਾਥੀਆਂ ਨੇ ਇਨਸਾਫ ਮਾਰਚ ਸ਼ੁਰੂ ਕੀਤਾ। ਦੇਖੋ, ਤਲਵੰਡੀ ਸਾਬੋ ਦੀ ਧਰਤੀ ਤੋਂ ਇਹਨਾਂ ਨੇ ਇਨਸਾਫ ਮਾਰਚ ਦੀ ਸ਼ੁਰੂਆਤ ਕੀਤੀ ਆ, ਤੇ ਇਹ 16 ਤਰੀਕ ਨੂੰ ਜਾ ਕੇ ਸਮਾਪਤ ਹੋਣਾ ਪਟਿਆਲੇ ਦੇ ਵਿੱਚ। ਅੱਜ ਕਾਫੀ ਵੱਡੇ ਕੁਛ ਲੀਡਰ ਜਿਹੜੇ ਕਿ ਆਪਾਂ ਕਹਿ ਸਕਦੇ ਹਾਂ ਕਿ ਵਿਰੋਧੀ ਧਿਰ ਦੇ ਵਿੱਚ ਆ, ਸਿਮਰਜੀਤ ਬੈਂਸ, ਬਲਵਿੰਦਰ ਸਿੰਘ ਬੈਂਸ, ਯੂਨਾਈਟਿਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ ਵੀ ਸ਼ਾਮਿਲ ਹੋ ਗਏ, ਵਿਧਾਇਕ ਨਾਜਰ ਸਿੰਘ ਮਾਨਾ ਸ਼ਾਹੀਆ, ਅਮਾਨ ਸ਼ਾਹੀਆ ਜਿਹਨਾਂ ਦਾ ਨਾਮ ਹੈ, ਜਗਦੇਵ ਸਿੰਘ ਕਮਾਲੂ, ਕਮਰ ਸੰਧੂ, ਬਲਦੇਵ ਸਿੰਘ, ਪਿਰਮਲ ਸਿੰਘ, ਇਹ ਸਾਰੇ ਸੀਗੇ। ਇਸ ਤੋਂ ਇਲਾਵਾ ਰਿਸਪੋਂਸ ਹੈ ਜਿਹੜਾ ਕੁਛ ਲੋਕਾਂ ਨੇ ਤਾਂ ਕਿਹਾ ਕਿ ਬਹੁਤਾ ਨਹੀਂ ਸੀ, ਪਰ ਕੁਛ ਮੀਡੀਆ ਹਾਊਸ ਵੀ ਗੱਲ ਕਹਿੰਦੇ ਆ ਜਿਹਨਾਂ ਨੇ ਗਰਾਊਂਡ ਜ਼ੀਰੋ ਤੋਂ ਰਿਪੋਰਟ ਕੀਤਾ, ਉਹ ਕਹਿੰਦੇ ਆ ਕਿ ਠੀਕ ਠਾਕ ਸੀਗਾ, ਰਿਸਪੋਂਸ ਵਧੀਆ ਸੀਗਾ। ਤਾਂ ਇਹ ਸ਼ੁਰੂਆਤ ਸੀਗੀ, ਕਿਉਂਕਿ ਅੱਜ ਬਾਅਦ ਦੁਪਹਿਰ ਤੱਕ ਇਹਨਾਂ ਦੇ ਭਾਸ਼ਣ ਹੀ ਹੋਏ, ਤਕਰੀਰਾਂ ਹੋਈਆਂ, ਉਸ ਤੋਂ ਬਾਅਦ ਰਵਾਨਗੀ ਹੋਈ ਆ। ਤਾਂ ਜਿਵੇਂ ਜਿਵੇਂ ਇਹ ਪਰੇ ਨੂੰ ਜਾਣਗੇ ਪਟਿਆਲੇ ਨੂੰ, ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦਾ ਰਿਸਪੋਂਸ ਮਿਲ ਰਿਹਾ ਹੈ। ਬਹਰਹਾਲ ਇਹਨਾਂ ਨੇ 16 ਤਰੀਕ ਨੂੰ ਵੱਡਾ ਐਲਾਨ ਕਰਨ ਦਾ ਇੱਕ ਪਹਿਲਾਂ ਹੀ ਅਗਾਊ ਐਲਾਨ ਕੀਤਾ ਹੋਇਆ, ਤਾਂ ਉਸ ਐਲਾਨ ਤੋਂ ਇਹ ਜ਼ਰੂਰ ਆਪਾਂ ਨੂੰ ਸੰਕੇਤ ਮਿਲਦੇ ਪਏ ਆ ਕਿ 16 ਦਸੰਬਰ ਦਾ ਦਿਨ ਹੈ ਜਿਹੜਾ ਉਹ ਪੰਜਾਬੀ ਰਾਜਨੀਤੀ ਦੇ ਵਿੱਚ ਇੱਕ ਵੱਖਰਾ ਮੁਕਾਮ ਸਿਰਜੇਗਾ, ਕਿਉਂਕਿ ਉਸੇ ਦਿਨ ਹੋ ਸਕਦਾ ਦੋ ਪਾਰਟੀਆਂ ਹੁਣ ਜਾ ਜਾਣ, ਇੱਕ ਇਹਨਾਂ ਦੀ ਪਾਰਟੀ ਔਰ ਦੂਸਰੀ ਪਾਰਟੀ ਹੈ ਜਿਹੜੀ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਦੀ। ਇਹ ਦੋ ਪਾਰਟੀਆਂ ਜਿਹੜੀਆਂ ਉਹ ਇੱਕੋ ਦਿਨ ਸਿਆਸੀ ਸਰਦਲ ਤੇ ਸਾਨੂੰ ਜੰਮਦੀਆਂ ਦਿਖਾਈ ਦੇ ਸਕਦੀਆਂ। ਔਰ ਦੂਜੀ ਚੀਜ਼ ਇਹ ਆ ਕਿ ਅੱਜ ਇਹਨਾਂ ਨੇ ਕਾਫੀ ਰਗੜੇ ਬੰਨੇ ਆ, ਬੈਂਸ ਹੋਰਾਂ ਨੇ ਵੀ ਔਰ ਸੁਖਪਾਲ ਖਹਿਰਾ ਨੇ ਵੀ, ਇਹ ਸਾਰੇ ਬਾਦਲ ਹੋਰਾਂ ਤੇ ਇੱਥੋਂ ਤੱਕ ਤਾਕੀਦ ਕੀਤੀ ਆ ਜਾਂ ਕਹੀਏ ਅਪੀਲ ਕੀਤੀ ਆ ਜਹੇ ਵੀ ਕਿ ਇਹਨਾਂ ਨੂੰ ਤੁਸੀਂ ਕੋਈ ਮਾਮੂਲੀ ਸਜ਼ਾ ਨਾ ਲਾ ਕੇ ਛੱਡ ਦਿਓ, ਕਿਉਂਕਿ ਲੋਕਾਂ ਦੀ ਕਚਹਿਰੀ ਦੇ ਗੁਨਾਹਗਾਰ। ਇਸ ਤਰ੍ਹਾਂ ਦੀਆਂ ਤਕਰੀਰਾਂ ਹੋਈਆਂ ਨੇ ਬੜੀਆਂ ਤਾਬੜਤੋੜ ਤਕਰੀਰਾਂ, ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਬਾਦਲ ਪਰਿਵਾਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਉਹ ਹੁਣ ਸਾਰਿਆਂ ਦੀਆਂ ਨਜ਼ਰਾਂ ਦੋ ਹੀ ਚੀਜ਼ਾਂ ਤੇ ਆ ਕਿ ਇੱਕ ਤੇ ਕੀ ਇਹਨਾਂ ਨੂੰ ਰਿਸਪੋਂਸ ਆ ਜਿਹੜਾ ਉਹ ਜ਼ਬਰਦਸਤ ਮਿਲੂਗਾ, ਦੂਸਰਾ ਕਿ ਕੀ 16 ਤਰੀਕ ਨੂੰ ਇਹ ਪਾਰਟੀ ਦਾ ਐਲਾਨ ਕਰਨਗੇ।
ਜੇ ਕਰਦੇ ਆ ਉਧਰੋਂ ਬ੍ਰਹਮਪੁਰਾ ਹੋ ਰਹੀ ਤਾਂ ਫਿਰ ਇੱਕੋ ਦਿਨ ਦੋ ਪਾਰਟੀਆਂ, ਔਰ ਦੋ ਪਾਰਟੀਆਂ ਜਿਹੜੀਆਂ ਉਹਨਾਂ ਦਾ ਆਪਸ ਦੇ ਵਿੱਚ ਕੀ ਤਾਲਮੇਲ ਰਹੇਗਾ, ਜਾਂ ਫਿਰ ਉਹ ਅੱਗੇ ਜਾ ਕੇ ਕਿਸੇ ਦਾ ਤਾਲਮੇਲ ਗੜਬੜਾ ਦੇਣਗੀਆਂ, ਉਹ ਬਹੁਤ ਵੱਡਾ ਪ੍ਰਸ਼ਨ ਰਹੇਗਾ। ਜੀ, ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਪੰਚਾਇਤੀ ਚੋਣਾਂ ਅੱਗੇ ਕਰਵਾਈਆਂ ਜਾਣ, ਸਰਕਾਰ ਸ਼ਹੀਦਾਂ ਨੂੰ ਰੱਖੇ ਯਾਦ, ਗਿਆਨੀ ਹਰਪ੍ਰੀਤ ਸਿੰਘ ਜੀ ਦਾ ਬਿਆਨ। ਇਹਨਾਂ ਨੇ ਉਦੋਂ ਦਾ ਹੀ ਇਤਰਾਜ਼ ਜਤਾਇਆ, ਵੈਸੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਹੀ ਲਿਖ ਕੇ ਭੇਜਿਆ ਸੀਗਾ ਕਿ ਚੋਣਾਂ ਜਿਹੜੀਆਂ ਉਹ ਜੋ ਸ਼ਹੀਦੀ ਜੋੜ ਮੇਲਾ ਹੁੰਦਾ ਕਿ ਉਹਦੇ ਬਰੋਬਰ ਨਾ ਕੀਤੀਆਂ ਜਾਣ, ਪਰ ਦੱਸਣ ਵਾਲੇ ਦੱਸਦੇ ਆ ਕਿ 28 ਤਰੀਕ ਨੂੰ ਜੋੜ ਮੇਲਾ ਜਿਹੜਾ ਉਹ ਸਮਾਪਤ ਹੋ ਜਾਂਦਾ, ਇਹ ਵੋਟਾਂ ਪੈਣੀਆਂ 30 ਤਰੀਕ ਨੂੰ। ਪਰ ਇਹ ਕਹਿੰਦੇ ਆ ਕਿ ਉਹ ਹਫਤਾ ਜਿਹੜਾ ਸੋਗਮਾਈ ਹਫਤਾ ਆਪਾਂ ਕਹਿੰਦੇ ਆ ਕਿ ਉਸ ਸੋਗਮਾਈ ਹਫਤੇ ਦੇ ਵਿੱਚ ਚੋਣਾਂ ਦੀ ਜਿਹੜੀ ਖੱਪ ਆ ਉਹ ਸੌਂਦੀ ਨੀ, ਉਹ ਸੋਗਦੀ ਨਹੀਂ ਹੈ। ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਇਤਰਾਜ਼ ਇਸੇ ਤਰ੍ਹਾਂ ਹੀ ਜਤਾਇਆ, ਉਹ ਕਹਿੰਦੇ ਆ ਕਿ 15 ਦਿਨ, ਵੈਸੇ 15 ਵਾੜਾ ਇਹਨਾਂ ਦੀ ਗੱਲ ਸਹੀ ਹੈ ਕਿ 15 ਵਾੜਾ ਹੀ ਉਹ ਸੋਗਮਾਈ ਹੁੰਦਾ, ਉਹ ਕਹਿੰਦੇ ਕਿ ਕਾਫੀ ਮਹੱਤਵਪੂਰਨ ਨੇ 15 ਦਿਨ, ਕਿਉਂਕਿ ਇਹਨਾਂ ਦਿਨਾਂ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ। ਇਸ ਕਰਕੇ ਇਹ ਚੀਜ਼ ਜਿਹੜੀ ਆ ਉਹ ਠੀਕ ਨਹੀਂ ਆ। ਉਹਨਾਂ ਨੇ ਕਿਹਾ ਕਿ ਜੇ ਸਾਡੀ ਗੱਲ ਨਾ ਮੰਨੀ ਗਈ, ਇਹ ਇਲੈਕਸ਼ਨ ਪੋਸਟਪੋਨ ਨਾ ਕੀਤਾ ਗਿਆ, ਤਾਂ ਫਿਰ ਅਸੀਂ ਸਿੰਘ ਸਾਹਿਬਾਨ ਦੀ ਇਕੱਤਰਤਾ ਵੀ ਕਰ ਸਕਦੇ, ਮਤਲਬ ਇਹ ਆ ਕਿ ਅਕਾਲ ਤਖ਼ਤ ਤੋਂ ਕੋਈ ਹੁਕਮਨਾਮਾ ਵੀ ਜਾਰੀ ਹੋ ਸਕਦਾ, ਕੋਈ ਇਸ ਤਰ੍ਹਾਂ ਦਾ ਹੁਕਮ ਵੀ ਜਾਰੀ ਹੋ ਸਕਦਾ ਜਿਹਦੇ ਵਿੱਚ ਵੋਟਾਂ ਨੂੰ ਲੈ ਕੇ ਕੋਈ ਫੈਸਲਾ ਕੀਤਾ ਜਾਵੇ ਜਾਂ ਕੋਈ ਸੰਦੇਸ਼ ਦਿੱਤਾ ਜਾਵੇ ਜਾਂ ਕੋਈ ਹੁਕਮ ਦਿੱਤਾ ਜਾਵੇ। ਬਾਕੀ ਹੁਣ ਰਹੀ ਗੱਲ ਇਲੈਕਸ਼ਨ ਬਦਲਣ ਦੀ, ਤਾਂ ਮੇਰੇ ਖਿਆਲ ਦੇ ਨਾਲ ਜਿਹੜਾ ਸੂਬਾਈ ਚੋਣ ਕਮਿਸ਼ਨ ਆ ਉਹ ਹੁਣ ਇਲੈਕਸ਼ਨ ਦੀ ਤਰੀਕ ਨਹੀਂ ਬਦਲੇਗਾ। ਇੱਕ ਤੇ ਇਹ ਕਾਰਨ ਆ ਕਿ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ, ਕੋਡ ਆਫ ਕੰਡਕਟ ਲੱਗ ਗਿਆ। ਦੂਜੀ ਚੀਜ਼ ਇਹ ਆ ਕਿ 16 ਜੁਲਾਈ ਤੋਂ ਲੈ ਕੇ 16 ਜਨਵਰੀ ਤੱਕ 6 ਮਹੀਨੇ ਪੁੱਗਦੇ, ਜਾਂ ਤਾਂ ਫਿਰ ਪੰਚਾਇਤਾਂ ਨੂੰ ਬਹਾਲ ਕਰ ਦਿੱਤਾ ਜਾਊਗਾ ਕਿਉਂਕਿ ਪੰਚਾਇਤਾਂ ਤੇ ਤੋੜ ਦਿੱਤੀਆਂ। ਜੇ ਮੰਨ ਲਓ ਇਲੈਕਸ਼ਨ ਪੋਸਟਪੋਨ ਕਰਦੇ ਆ, ਜਾਂ ਤੇ ਫਿਰ ਇਹਨਾਂ ਨੂੰ ਨਾਲ ਦੀ ਨਾਲ ਜਨਵਰੀ ਦੇ ਪਹਿਲੇ ਹਫਤੇ ਦੇ ਵਿੱਚ ਇਲੈਕਸ਼ਨ ਕਰਵਾਉਣਾ ਪਊਗਾ। ਪਰ ਇੱਕ ਵਾਰੀ ਰੱਦ ਕਰਕੇ 2 ਦਿਨਾਂ ਬਾਅਦ ਇਲੈਕਸ਼ਨ, ਇਹ ਬਹੁਤ ਅਜੀਬੋ ਗਰੀਬ ਦੀ ਸਥਿਤੀ ਹੋਏਗੀ ਇਲੈਕਸ਼ਨ ਕਮਿਸ਼ਨਰ ਦੇ ਸਾਹਮਣੇ ਜੋ ਸਟੇਟ ਦੇ ਆ। ਤਾਂ ਦੂਜੀ ਚੀਜ਼ ਇਹ ਹੋਏਗੀ ਕਿ ਜੇ 16 ਜਨਵਰੀ ਤੱਕ ਨਹੀਂ ਹੁੰਦਾ ਤਾਂ ਫਿਰ ਕੀ ਪੰਚਾਇਤਾਂ ਨੂੰ ਬਹਾਲ ਕੀਤਾ ਜਾਊ, ਕਿਉਂਕਿ 6 ਮਹੀਨਿਆਂ ਤੋਂ ਵੱਧ ਇਹ ਪੰਚਾਇਤਾਂ ਨੂੰ ਇਸ ਤਰ੍ਹਾਂ ਨਹੀਂ ਰੱਖ ਸਕਦੇ। ਇਹ ਇੱਕ ਬਹੁਤ ਵੱਡਾ ਸਵਾਲ ਆ। ਹੁਣ ਇਹ ਤੇ ਕੋਈ ਕਾਨੂੰਨੀ ਮਾਹਰ ਦੱਸ ਸਕਦਾ ਕਿ ਇਹਦਾ ਹੱਲ ਕੀ ਨਿਕਲ ਸਕਦਾ, ਪਰ ਸਭ ਤੋਂ ਵੱਡਾ ਸਵਾਲ ਤਾਂ ਇਹੋ ਹੀ ਆ ਕਿ ਜਦੋਂ ਇਸ ਤਰ੍ਹਾਂ ਦਾ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ, ਮਾਫ਼ ਕਰਨਾ ਕਿ ਉਦੋਂ ਪੰਜਾਬ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਰੁਕ ਜਾਂਦੀਆਂ ਜਿਹਨਾਂ ਨੂੰ ਲੈ ਕੇ ਇਤਰਾਜ਼ ਕੀਤਾ ਜਾ ਰਿਹਾ? ਮੇਰੇ ਖਿਆਲ ਦੇ ਨਾਲ ਨਹੀਂ, ਇਹ ਸਾਰੀਆਂ ਚੀਜ਼ਾਂ ਚੱਲਦੀਆਂ, ਇਹ ਸਾਨੂੰ ਸਵੀਕਾਰ ਕਰਨਾ ਪਊਗਾ। ਇਹ ਤਲਖ ਸੱਚ ਹੈ, ਇੱਕ ਥੋੜਾ ਸੱਚ ਹੈ ਕਿ ਇੱਥੇ ਸ਼ਰਾਬਾਂ ਵੀ ਨਿਕਲਦੀਆਂ ਨੇ, ਇੱਥੇ ਸ਼ਰਾਬਾਂ ਵਿਕਦੀਆਂ ਵੀ ਨੇ, ਇੱਥੇ ਬੱਕਰੇ ਵੀ ਝਟਕਾਏ ਜਾਂਦੇ ਆ ਉਹਨਾਂ ਦਿਨਾਂ ਦੇ ਵਿੱਚ। ਹਾਂ ਠੀਕ ਆ, ਹਾਂ ਜੋ ਫਤਿਹਗੜ੍ਹ ਸਾਹਿਬ ਆ ਉਹਦੇ ਵਿੱਚ ਮਾਹੌਲ ਥੋੜਾ ਜਿਹਾ ਕੁਛ ਅਲੱਗ ਹੁੰਦਾ, ਜਾਂ ਕੁਛ ਲੋਕ ਜਿਹੜੇ ਕਿ ਹਿਰਦੇ ਤੋਂ ਇਸ ਚੀਜ਼ ਨੂੰ ਮਹਿਸੂਸ ਕਰਦੇ ਆ, ਗੁਜ਼ਰਲਾਵਾਂ ਜਾਂ ਜਿਹੜਾ ਜੀ ਹੈ ਜਿਹੜਾ ਉਹ ਇਸ ਚੀਜ਼ ਤੋਂ ਬਹੁਤ ਜ਼ਿਆਦਾ ਇੰਸਪਾਇਰਡ ਹੋ ਕੇ ਉਹ ਇੱਕ ਵੈਸੇ ਆਪਣੇ ਆਪ ਨੂੰ ਸੋਗਮਈ ਅਵਸਥਾ 'ਚ ਲੈ ਕੇ ਜਾਂਦਾ, ਪਰ ਦੂਸਰੇ ਲੋਕ ਜਿਹੜੇ ਆ, ਬਹੁਤੇ ਲੋਕ ਆ ਜਿਹੜੇ ਉਹ ਉਸੇ ਤਰ੍ਹਾਂ ਕੰਮ ਕਰਦੇ ਰਹਿੰਦੇ ਆ। ਤਾਂ ਇਹ ਸ਼ਾਇਦ ਮੇਰੇ ਖਿਆਲ ਦੇ ਨਾਲ ਇੱਕ ਤਰਕ ਇਹੋ ਜਿਹਾ ਜਿਹਨੂੰ ਛੇਤੀ ਰੱਦ ਨਹੀਂ ਕੀਤਾ ਜਾ ਸਕਦਾ, ਕਿਉਂਕਿ ਮਸਲਾ ਧਾਰਮਿਕ ਆ। ਜਦੋਂ ਮਸਲਾ ਧਾਰਮਿਕ ਹੋਵੇ ਫਿਰ ਤੁਹਾਨੂੰ ਪਤਾ ਗੁੰਝਲਾਂ ਥੋੜੀਆਂ ਜਿਹੀਆਂ ਪੈ ਜਾਂਦੀਆਂ। ਸੋ ਗੁੰਝਲਦਾਰ ਮਸਲਾ, ਹੁਣ ਦੇਖਦੇ ਇਹਨਾਂ ਦਾ ਹੱਲ ਕੀ ਨਿਕਲਦਾ। ਉਦਾਂ ਅੱਜ ਮੈਨੂੰ 1-2 ਐਸੇ ਬੰਦੇ ਮਿਲੇ ਜਿਹੜੇ ਕਿ ਸਰਪੰਚੀ ਲੜਨ ਦੇ ਚਾਹਵਾਨ ਆ। ਉਹਨਾਂ ਨੂੰ ਪੁੱਛਿਆ ਮੈਂ ਕਿਹਾ ਕਿ ਕਿੱਦਾਂ ਤੁਹਾਡਾ ਅਖਾੜਾ ਕਿਵੇਂ ਮਗਿਆ ਨੀ ਹਾਲੇ? ਉਹ ਕਹਿੰਦੇ ਕਿ ਹਾਲੇ ਤੱਕ ਸਾਨੂੰ ਯਕੀਨ ਨਹੀਂ ਹੈ ਕਿ ਇਲੈਕਸ਼ਨ ਹੋ ਜਾਏਗਾ। ਹਾਲੇ ਵੀ ਜਿੱਦਾਂ ਜਥੇਦਾਰ ਜੀ ਕਹਿ ਰਹੇ ਆ, ਹੋ ਸਕਦਾ ਇਲੈਕਸ਼ਨ ਪੋਸਟਪੋਨ ਹੋ ਜਾਵੇ, ਇਸ ਕਰਕੇ ਅਸੀਂ ਹੱਥ ਘੁੱਟ ਕੇ ਚੱਲ ਰਹੇ ਹਾਂ। ਜੀ, ਤਾਂ ਵੈਸੇ ਹੁਣ ਜਿੱਥੇ ਕਿਹਾ ਆ, ਜਿੱਥੇ ਜੋੜ ਮੇਲਾ ਲੱਗਦਾ ਆ ਸ਼੍ਰੀ ਫਤਿਹਗੜ੍ਹ ਸਾਹਿਬ, ਅਤੇ ਉੱਥੇ ਦੇਖੋ ਸਿਆਸੀ ਕਾਨਫਰੰਸਾਂ ਕਿੱਦਾਂ ਹੁੰਦੀਆਂ, ਕਿੱਦਾਂ ਖਿੱਚੜ ਜਿਹੜਾ ਆ, ਚੱਕੜ ਇੱਕ ਦੂਜੇ ਦੇ ਉੱਤੇ ਜਿਹੜਾ ਉਹ ਸੁੱਟਦੇ ਆ, ਉਸ ਚੀਜ਼ ਦੇ ਉੱਤੇ ਵੀ ਫਿਰ ਜਿਹੜੀ ਮੇਰੇ ਹਿਸਾਬ ਨਾਲ ਰੋਕ ਚਾਹੀਦੀ। ਉਹ ਤੇ ਅਕਾਲ ਤਖ਼ਤ ਦੇ ਜਥੇਦਾਰ ਨੇ ਇੱਕ ਵਾਰੀ ਕਿਹਾ ਸੀ, ਉਹ ਤੋਂ ਵੇਰ ਕੇ ਵੀ ਅਕਾਲੀਆਂ ਨੇ ਕਰ ਲਈ ਸੀ ਤਾਂ ਵੀ ਕਰ ਲਈ ਸਿਆਸੀ ਕਾਨਫਰੰਸ, ਤੇ ਫਿਰ ਹੁਣ ਦੂਜੇ ਵਾਲੇ ਕਿੱਦਾਂ ਮੰਨ ਜਾਣਗੇ। ਜੀ, ਅਗਲੀ ਜਿਹੜੀ ਆ ਮਿੰਟੂ ਜੀ ਗੱਲ ਕਰਦੇ ਆ, ਕਹਿੰਦੇ ਮੁਹੰਮਦ ਸਦੀਕ ਹੁਣਾਂ ਦੀਆਂ ਮੌਤ ਦੀਆਂ ਅਫਵਾਹਾਂ ਉੱਡੀਆਂ, ਇਹ ਬਹੁਤ ਘਟੀਆ ਕੰਮ ਕੀਤਾ ਕਿਸੇ ਨੇ। ਦੇਖੋ, ਮੁਹੰਮਦ ਸਦੀਕ ਕਾਂਗਰਸ ਤੇ ਚਲੇ ਜਾਵੇ, ਜਿਹਦੇ ਮਰਜ਼ੀ ਵਿੱਚ ਜਾ ਕੇ ਉਹ ਸਿਆਸਤ ਕਰੇ, ਪਰ ਇਸ ਤਰ੍ਹਾਂ ਦੀ ਕੋਈ ਅਫਵਾਹ ਉਡਾਉਣੀ ਮੇਰੇ ਖਿਆਲ ਦੇ ਨਾਲ ਇਹ ਤੇ ਬਹੁਤ ਘਟੀਆ ਦਰਜੇ ਦੀ ਹਰਕਤ ਹੈ ਜਿਹੜੀ ਕੀਤੀ ਗਈ ਆ।
ਅੱਜ ਸੱਜ ਰਹੀ ਏ, ਖਬਰ ਆਈ, ਖਬਰ ਆ ਗਈ ਕਿ ਮੁਹੰਮਦ ਫਰੀਦ ਜੀ ਆ ਜਿਹੜੇ ਉਹ ਚਲਾਣਾ ਕਰ ਗਏ ਆ। ਕਿ ਇਹ ਤੋਂ ਬਾਅਦ ਤੁਹਾਨੂੰ ਪਤਾ ਹੀ ਕਿ ਪੰਜਾਬੀ ਆ ਜਿਹੜੇ ਉਹ ਸ਼ੇਰ ਵਾਲਾ ਘੁੱਗੂ ਆ ਜਿਹੜਾ ਨੱਪੀ ਜਾਂਦੇ ਆ, ਨੱਪੀ ਜਾਂਦੇ ਆ। ਤਾਂ ਬਾਅਦ ਦੇ ਵਿੱਚ ਇਹਨਾਂ ਦੇ ਦਾਮਾਦ ਤੋਂ ਮੈਂ ਵੀ ਪਤਾ ਕੀਤਾ, ਕਿਉਂਕਿ ਮੈਨੂੰ ਵੀ ਫੋਨ ਆਏ, ਤਾਂ ਉਹਨਾਂ ਨੇ ਕਨਫਰਮ ਕੀਤਾ। ਉਹ ਕਹਿੰਦੇ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈ, ਸਦੀਕ ਸਾਹਿਬ ਆ ਜਿਹੜੇ ਉਹ ਬਿਲਕੁਲ ਨੌ ਵਰਨਾ ਵਾ। ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਪੇਜ ਤੋਂ ਇੱਕ ਵੀਡੀਓ ਵੀ ਪੋਸਟ ਕੀਤਾ। ਤਾਂ ਮੇਰੇ ਖਿਆਲ ਦੇ ਨਾਲ ਇਹ ਬਹੁਤ ਹੀ ਘਟੀਆ ਹਰਕਤ ਹੋਈ ਆ। ਜਿਹਨੇ ਵੀ ਇਹ ਕੀਤੀ ਆ ਉਹਨੂੰ ਸ਼ਰਮ ਨਾਲ ਡੁੱਬ ਕੇ ਮਰਨਾ ਚਾਹੀਦਾ, ਕਿ ਇਸ ਤਰ੍ਹਾਂ ਕਿਸੇ ਦੀ ਮੌਤ ਦੀ ਖਬਰ ਉਡਾ ਕੇ ਉਹਨੂੰ ਕੀ ਹਾਸਲ ਹੋਇਆ ਹੋਊਗਾ। ਪਰ ਦੁਆਰ ਕਰਦੇ ਆ ਕਿ ਇਹ ਮਹਾਨ ਫਨਕਾਰ ਹੈ ਜਿਹੜਾ ਉਹ ਇਸੇ ਤਰ੍ਹਾਂ ਹੀ ਤੰਦਰੁਸਤ ਰਹੇ। ਪਰ ਜਿਹਨੇ ਕੀਤੀ ਆ ਇਹ ਘਟੀਆ ਹਰਕਤ ਕੀਤੀ ਆ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਇਲੈਕਸ਼ਨ ਆਉਣਾ 2019 ਵਾਲਾ, ਵੈਸੇ ਫੇਕ ਨਿਊਜ਼ ਵਾਲਾ ਕੰਮ ਤੁਹਾਨੂੰ ਪਤਾ ਹੀ ਆ ਕਿ ਪਹਿਲਾਂ ਚੱਲੀ ਜਾਂਦਾ ਜੇ ਕੌਮੀ ਪੋਲਿਟਿਕਸ ਦੇ ਵਿੱਚ ਦੇਖੀਏ, ਤਾਂ ਲੱਗਦਾ ਉਹ ਆ ਕਿ ਪੰਜਾਬ ਦੇ ਵਿੱਚ ਵੀ ਇਹ ਚੱਲਣ ਵਾਲਾ। ਕਿਉਂਕਿ ਐਤਕੀ ਦੋ ਚੀਜ਼ਾਂ ਨੇ, ਇਹ ਇੱਕ ਤੇ ਜਿਹੜਾ ਅਸਰ ਆ ਕੌਮੀ ਰਾਜਨੀਤੀ ਦਾ ਉਹ ਇੱਥੇ ਪੈਣਾ, ਕਿਉਂਕਿ ਜਨਰਲ ਇਲੈਕਸ਼ਨ ਹੈ। ਦੂਜੀ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਦੇ ਵਿੱਚੋਂ ਦੋ ਧੜੇ ਆ, ਤਾਂ ਅੱਜ ਵੀ ਕਮਾਲ ਦੀਆਂ ਦੋ ਫੋਟੋਆਂ ਵੇਖਣ ਨੂੰ ਮਿਲੀਆਂ। ਇੱਕ ਇਹ ਦਾਅਵਾ ਕੀਤਾ ਜਾ ਰਿਹਾ ਸੀਗਾ ਕਿ ਪ੍ਰੋਫੈਸਰ ਬਲਜਿੰਦਰ ਕੌਰ ਦਾ ਜਿਹੜਾ ਪਿਤਾ ਵਾ ਉਹ ਇਨਸਾਫ ਮਾਰਚ ਦੇ ਵਿੱਚ ਗਿਆ, ਉਹਨੇ ਸਪੋਰਟ ਕੀਤੀ ਹੈ, ਜਦਕਿ ਉਹ ਫੇਕ ਬਣਾਈ ਗਈ ਸੀਗੀ ਫੋਟੋ। ਫਿਰ ਦੂਸਰੀ ਫੇਕ ਉਧਰੋਂ ਖਬਰ ਚੱਲੀ ਕਿ ਕੰਵਰ ਸੰਧੂ ਮੌਕੇ ਤੇ ਜਵਾਬ ਦੇ ਗਿਆ, ਸੁਖਪਾਲ ਖਹਿਰੇ ਦੇ ਨਾਲ ਨੀ ਤੁਰਿਆ, ਜਦਕਿ ਉੱਥੋਂ ਹੇਠਾਂ ਫੋਟੋਆਂ ਪੋਸਟ ਹੋ ਰਹੀਆਂ ਸੀਗੀਆਂ ਕਿ ਕੰਵਰ ਸੰਧੂ ਹੋਰੀ ਮੱਥਾ ਟੇਕ ਕੇ ਨਾਲ ਨਿਕਲ ਰਹੇ। ਸੋ ਇਹ ਚੀਜ਼ ਜਿਹੜੀ ਆ ਨਾ, ਮੈਂ ਦੇਖਦਾ ਇਸ ਲਿਹਾਜ਼ ਦੇ ਨਾਲ ਕਿ ਐਸੀ ਪੰਜਾਬ ਦੇ ਵਿੱਚ ਵੀ ਫੇਕ ਨਿਊਜ਼ ਵਾਲਾ ਜਾਂ ਇਸ ਤਰ੍ਹਾਂ ਦੇ ਰੂਮਰਸ ਜਿਹੜੇ ਆ ਉਹ ਸਾਨੂੰ ਬਹੁਤ ਹੱਦ ਤੱਕ ਫੈਲਾਉਂਦੇ ਦਿਖਾਈ ਦੇਣਗੇ। ਜਿਹੜੇ ਲੋਕ ਫੈਲਾਉਂਦੇ ਆ ਜਾਂ ਫੈਲਾਉਂਦੇ ਆ ਉਹੀ ਲੋਕ ਆ ਜਿਹੜੇ ਇੱਕ ਧਿਰ ਨੂੰ ਸਪੋਰਟ ਕਰਦੇ ਆ, ਦੂਸਰੀ ਧਿਰ ਨੂੰ ਜਾ ਕੇ ਕੋਈ ਨਾ ਕੋਈ ਠੇਬੀ ਲਾ ਕੇ ਡੇਗਣਾ ਚਾਹੁੰਦੇ ਆ। ਜੀ ਜੀ, ਵੈਸੇ ਮਿੰਟੂ ਜੀ, ਅੱਜ ਕੱਲ੍ਹ ਦੀ ਸਿਆਸਤ ਦਾ ਇੱਕ ਕੌੜਾ ਸੱਚ ਆ ਵੀ ਜਿਹੜੀ ਫੇਕ ਨਿਊਜ਼ ਆ ਜਾਂ ਦੂਜੇ ਦੇ ਉੱਤੇ ਲਾਲਚਣ ਲਾਉਣੇ ਅਤੇ ਉਹਨਾਂ ਦੇ ਕਿਸੇ ਵੀ ਪ੍ਰੋਗਰਾਮ ਨੂੰ ਜਿਹੜਾ ਆ ਉਹ ਨੀਵਿਆਂ ਕਰਨ ਦੇ ਲਈ ਇੱਕ ਸੌਖਾ ਤਰੀਕਾ ਇਸ ਨੂੰ ਵਰਤਿਆ ਜਾਂਦਾ ਆ, ਅਤੇ ਕਿਤੇ ਨਾ ਕਿਤੇ ਇਸ ਦੇ ਵਿੱਚ ਲੋਕ ਵੀ ਜ਼ਿੰਮੇਵਾਰ ਨੇ। ਮੈਂ ਕਹੂੰਗਾ ਵੀ ਬੜੀ ਜਲਦੀ ਉਹਨਾਂ ਚੀਜ਼ਾਂ ਨੂੰ ਅੱਗੇ ਤੋਂ ਅੱਗੇ ਫਾਰਵਰਡ ਵੀ ਕਰਦੇ ਆ, ਪੋਸਟ ਵੀ ਕਰੀ ਜਾਂਦੇ ਆ ਬਗੈਰ ਕਿਸੇ ਤੱਥ ਦੀ ਜਿਹੜੀ ਆ ਉਹਨਾਂ ਨੇ ਪੜਤਾਲ ਕੀਤੇ ਬਗੈਰ। ਬਿਲਕੁਲ, ਇੱਕ ਚੀਜ਼ ਹੋਰ ਵੀ ਆ ਨਾ, ਜੇ ਪਤਾ ਵੀ ਲੱਗ ਜਾਂਦਾ, ਮੰਨ ਲਓ ਦੇਖੋ ਇਨਸਾਨ ਆ ਕੋਈ, ਖੁਦਾ ਨਹੀਂ, ਗਲਤੀ ਹੋ ਜਾਂਦੀ ਕਈ ਵਾਰੀ, ਆਪਾਂ ਕੋਈ ਚੀਜ਼ ਅਣਜਾਣੇ ਦੇ ਵਿੱਚ ਪੋਸਟ ਕਰ ਬੈਨੇ, ਜੇ ਪਤਾ ਵੀ ਲੱਗ ਜਾਂਦਾ, ਕਈ ਲੋਕ ਇਹਨੂੰ ਹੱਦ ਤੱਕ ਸਮਝਦੇ ਆ ਕਿ ਜੇ ਮੈਂ ਡਿਲੀਟ ਕੀਤੀ ਤਾਂ ਮੇਰੀ ਬੇਇੱਜ਼ਤੀ ਹੋ, ਜੇ ਮੈਂ ਹਿਡਨ ਕਰਦਾ ਤਾਂ ਮੇਰੀ ਬੇਇੱਜ਼ਤੀ ਹੋ, ਹਰ ਜਿੱਤ ਦਾ ਮਸਲਾ ਬਣਾ ਲਿਆ ਜਾਂਦਾ। ਤਾਂ ਜੇ ਮੰਨ ਲਓ ਪਤਾ ਲੱਗ ਜਾਂਦਾ ਜਾਂ ਪੁਸ਼ਟੀ ਨਹੀਂ ਹੁੰਦੀ, ਤਾਂ ਤੁਹਾਨੂੰ ਉਹ ਚੀਜ਼ ਹਟਾ ਦੇਣ ਦੇ ਵਿੱਚ ਵੀ ਫਾਇਦਾ, ਕਿਉਂਕਿ ਦੇਖੋ ਗਲਤੀ ਕਿਸੇ ਤੋਂ ਵੀ ਹੋ ਸਕਦੀ ਆ, ਮੇਰੇ ਤੋਂ ਵੀ ਹੋ ਸਕਦੀ ਆ, ਤੁਹਾਡੇ ਤੋਂ ਵੀ ਹੋ ਸਕਦੀ ਆ, ਉਸ ਚੀਜ਼ ਨੂੰ ਸੁਧਾਰ ਲੈਣਾ ਚਾਹੀਦਾ ਜਿਵੇਂ ਤੁਹਾਨੂੰ ਪਤਾ ਲੱਗਦਾ। ਤਾਂ ਫੇਕ ਨਿਊਜ਼ ਜੇ ਆਪਾਂ ਇਹਦੀ ਪੁਸ਼ਟੀ ਕਰਨੀ ਹੋਵੇ ਕਿ ਫੇਕ ਆ ਜਾਂ ਇਹ ਅਸਲ ਕੋਈ ਕਹਾਣੀ ਆ, ਤਾਂ ਸਭ ਤੋਂ ਸੌਖਾ ਤਰੀਕਾ ਗੂਗਲ ਦੇ ਵਿੱਚ ਜਾਓ, ਜੋ ਖਬਰ ਦਾ ਸਿਰਲੇਖ ਆ ਜਾਂ ਉਹਦੇ ਨਾਲ ਜੁੜਿਆ ਕੰਟੈਂਟ ਆ ਤਾਂ ਉਹਦੀ ਸਰਚ ਕਰੋ, ਤੁਹਾਨੂੰ ਪਤਾ ਲੱਗ ਜੂਗਾ। ਤਾਂ ਉੱਥੇ ਜਿਹੜੇ ਭਰੋਸੇਯੋਗ ਅਦਾਰੇ ਆ, ਜੇ ਉਹਨਾਂ ਦੇ ਕੋਲੋਂ ਖਬਰ ਆ, ਫਿਰ ਤੁਹਾਨੂੰ ਸੋਰਸ ਦਾ ਪਤਾ ਲੱਗ ਜੂਗਾ ਕਿ ਉਹਨਾਂ ਕੋਲ ਕਿਹੜਾ ਸੋਰਸ ਸੀਗਾ, ਇਹ ਉਹਨਾਂ ਦਾ ਆਪਣਾ ਪੱਤਰਕਾਰ ਰਿਪੋਰਟ ਕਰ ਰਿਹਾ ਜਾਂ ਉਹਨਾਂ ਕੋਲ ਸੂਤਰਾਂ ਤੋਂ ਖਬਰ ਆ। ਤਾਂ ਬਹੁਤ ਆਸਾਨੀ ਦੇ ਨਾਲ ਆਪਾਂ 2-4-5-10 ਮਿੰਟ ਦੇ ਵਿੱਚ ਇਹ ਪੁਸ਼ਟੀ ਕਰਵਾ ਸਕਦੇ ਹਾਂ ਕਿ ਖਬਰ ਜਿਹੜੀ ਆ ਓਰੀਜਨਲ ਹੈ ਜਾਂ ਫੇਕ ਆ। ਜੀ ਜੀ ਜੀ, ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸ਼ਰਾਬ ਦੇ ਕਾਰੋਬਾਰ ਵਿੱਚ ਉਤਰ ਸਕਦੀ ਹੈ ਹੁਣ ਪੰਜਾਬ ਸਰਕਾਰ ਖੁਦ। ਦੇਖੋ ਸ਼ਰਾਬ ਦੇ ਵਿੱਚ ਉਤਰਨਾ ਹੀ ਪੈਣਾ, ਕਿਉਂਕਿ ਹੁਣ ਸ਼ਰਾਬੀਆਂ ਨੇ ਤਾਂ ਵਫਾ ਨਹੀਂ ਕੀਤੀ ਇਹਨਾਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਵੱਡਾ ਟੀਚਾ ਰੱਖਿਆ ਸੀ ਮਾਲੀਏ ਦਾ। ਤਾਂ ਮਾਲੀਆ ਜਿਹੜਾ ਉਹ ਓਵਰਆਲ 18% ਇਹਨਾਂ ਦਾ ਕੰਮ ਨਿਕਲਿਆ, ਘੱਟ ਨਿਕਲਿਆ। ਜਿਹੜਾ ਟੀਚਾ ਸੀਗਾ ਉਹ ਤੋਂ 18% ਉਹਦੇ ਰਹਿ ਗਏ। ਜਿਹੜਾ ਇਹਨਾਂ ਨੇ ਲਾਲ ਪਰੀ ਵਾਲਾ ਟੀਚਾ ਰੱਖਿਆ ਸੀਗਾ 6,000 ਕਰੋੜ ਕਮਾਉਣ ਦਾ, ਉਹਦੇ ਵਿੱਚ ਵੀ ਜੇ ਦੇਖੀਏ ਜਿਹੜਾ ਵਕਬਾ ਲੰਘ ਗਿਆ ਇਸ ਸਾਲ ਦਾ, ਵੀ 30 ਸਾਲ ਜਿਹੜਾ ਚੱਲਦਾ ਪਿਆ, ਇਹਦੇ ਵਿੱਚ ਉਹ ਟੀਚਾ ਛੱਡੋ ਨੇੜੇ ਜਿਹੜੇ ਵੀ ਜਾਂਦੇ ਦਿਖਾਈ ਨਹੀਂ ਦਿੰਦੇ 6,000 ਕਰੋੜ ਦੇ, ਮੇਰੇ ਖਿਆਲ ਦੇ ਨਾਲ 5,000 ਕਰੋੜ ਦੇ ਕਰੀਬ ਰਹਿ ਜਾਣਗੇ। ਮਤਲਬ ਕਿ ਹਰੇਕ ਪਾਸੇ ਮਾਰ ਪੈਂਦੀ ਪਈ ਆ। ਹੁਣ ਸੁਣਨ ਦੇ ਵਿੱਚ ਆ ਰਿਹਾ ਕਿ ਸ਼ਰਾਬ ਦੇ ਕਾਰੋਬਾਰ ਨੂੰ ਸਰਕਾਰ ਆਪਣੇ ਹੱਥ ਦੇ ਵਿੱਚ ਲੈਣ ਦੀ ਤਿਆਰੀ ਕਰਦੀ ਪਈ ਆ। ਵੈਸੇ ਜੇ ਦੇਖਿਆ ਜਾਵੇ ਤਮਿਲਨਾਡੂ ਦੇ ਵਿੱਚ ਜਿਹੜੀ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ ਆ ਉਹ 5.25 ਲੀਟਰ ਆ, ਜਦਕਿ ਪੰਜਾਬ ਦੇ ਵਿੱਚ ਇਹ ਮੇਰੇ ਖਿਆਲ ਦੇ ਨਾਲ
ਦੂਸਰੇ ਨੰਬਰ ਦੀ ਖਪਤ ਆ ਪੂਰੇ ਇੰਡੀਆ ਚੋਂ। ਇਹ ਖਪਤ ਸ਼ਾਇਦ ਮੇਰੇ ਖਿਆਲ ਦੇ ਨਾਲ ਜੇ ਮੈਂ ਗਲਤ ਨਹੀਂ ਹੈ ਤਾਂ ਇਹ 3.5 ਲੀਟਰ ਹੋ। ਸੋ ਇਹ ਤੁਸੀਂ ਆਪ ਅੰਦਾਜ਼ਾ ਲਾ ਲਓ 3.25 ਲੀਟਰ ਹੈ। ਤਾਂ ਇਹ ਬਹੁਤ ਵੱਡੀ ਖਪਤ ਹੈ ਜੇ ਆਪਾਂ ਵੇਖੀਏ। ਵੈਸੇ ਮੇਰੇ ਖਿਆਲ ਦੇ ਨਾਲ ਹੋਰ ਵੀ ਸਟੇਟ ਹੋਣਗੇ ਜਿਹਨਾਂ ਦੇ ਵਿੱਚ ਪੰਜਾਬ ਨਾਲ ਥੋੜੀ ਬਹੁਤ ਵੱਧ ਜਾਂ ਘੱਟ ਖਪਤ ਹੋ ਸਕਦੀ ਹੈ, ਪਰ ਫਿਰ ਵੀ ਬਹੁਤ ਵੱਡੀ ਖਪਤ ਮੰਨੀ ਜਾਂਦੀ ਹੈ। ਤਾਂ ਉਸ ਲਿਹਾਜ਼ ਦੇ ਨਾਲ ਜਿਹੜਾ ਮਾਲੀਆ ਜਿੱਦਾਂ ਤਮਿਲਨਾਡੂ ਜਟਾਉਂਦਾ ਉਹ 26,000 ਕਰੋੜ ਰੁਪਈਆ, ਬੰਗਾਲ ਹੈ ਜਿਹੜਾ ਉਹ ਵੀ ਕਾਫੀ ਵੱਡਾ ਮਾਲੀਆ ਜਿਹੜਾ ਉਹ ਕਮਾਉਂਦਾ ਮੇਰੇ ਖਿਆਲ ਦੇ ਨਾਲ 4.5 ਕਰੋੜ ਰੁਪਈਆ ਉਹ ਵੀ ਕਮਾ ਲੈਂਦੇ ਆ, ਥੋੜੀ ਜਿਹੀ ਉਹਨਾਂ ਦੀ ਸ਼ਰਾਬ ਦੀ ਵਿਕਰੀ ਹੈ, ਵਾਧੂ ਦੇਸ ਤੇ ਮਾਲੀਆ ਕਾਫੀ ਕਮਾਉਂਦੇ ਆ। ਤਾਂ ਉਹ ਜਿੱਦਾਂ ਦੇ ਉਹਨਾਂ ਦੇ ਇਹ ਉੱਥੇ ਬਣਾਏ ਹੋਏ ਆ ਟਾਂਚੇ, ਤਾਂ ਜੇ ਉਹ ਕਾਪੀ ਕਰਨ ਉਹਨਾਂ ਨੂੰ ਇੱਥੇ ਚੰਗੀ ਤਰ੍ਹਾਂ ਲਾਗੂ ਕਰਨ ਅਮਲ ਦੇ ਵਿੱਚ ਲਿਆਉਣ ਤੇ ਕਮਾਈ ਹੋ ਸਕਦੀ। ਹੁਣ ਸ਼ਰਾਬ ਦਾ ਕੰਮ ਇਹ ਆ ਕਿ ਪੰਜਾਬੀ ਜੇ ਆਖੀਏ ਯਕਦਮ ਸ਼ਰਾਬ ਛੱਡ ਦੇਣਗੇ, ਨਹੀਂ, ਸ਼ਰਾਬ ਸਰਕਾਰ ਬੰਦ ਕਰ ਦੂਗੀ ਇਹ ਵੀ ਨਹੀਂ ਹੋ ਸਕਦਾ। ਇਹਦਾ ਹੱਲ ਇਹੋ ਹੀ ਆ ਕਿ ਜਿੱਦਾਂ ਹੁਣ 8-10 ਘਰ ਆ ਜਿਹੜੇ ਉਹ ਮੋਨੋਪੋਲੀ ਪਾ ਕੇ ਬੈਠੇ ਇਸ ਕਾਰੋਬਾਰ ਤੇ, ਕਿ ਉਹਨਾਂ ਦੀ ਮੋਨੋਪੋਲੀ ਤੋੜ ਕੇ ਕੰਮ ਹੈ ਜਿਹੜਾ ਕਾਰਪੋਰੇਸ਼ਨ ਕਰ ਲਵੇ ਜਾਂ ਕੋਈ ਸਰਕਾਰ ਆਪਣੇ ਹੱਥ ਦੇ ਵਿੱਚ ਕਿਸੇ ਕਿਸਮ ਦਾ ਕੋਈ ਅਦਾਰਾ ਜਾਂ ਮੰਤਰਾਲਾ ਬਣਾ ਕੇ ਕਰ ਲਵੇ ਤਾਂ ਮਾੜੀ ਗੱਲ ਨਹੀਂ ਹੈ। ਔਰ ਇਹੀ ਗੱਲ ਨਵਜੋਤ ਸਿੱਧੂ ਨੇ ਕਿਹਾ ਸੀਗਾ। ਹੁਣ ਦੇਖੋ ਇਹਨਾਂ ਨੇ ਪਹੁੰਚ ਕੇ ਖੋਤੀ ਬੋਰ ਥੱਲੇ ਲਿਆਂਦੀ ਆ, ਹੁਣ ਸੋਚਣ ਲੱਗ ਪਿਆ। ਪਰ ਨਵਜੋਤ ਸਿੱਧੂ ਨੇ ਜਦੋਂ ਇਹ ਸੱਤਾ ਚ ਆਏ ਸੀਗੇ ਉਦੋਂ ਇਹ ਗੱਲ ਆਖੀ ਸੀਗੀ ਕਿ ਸ਼ਰਾਬ ਤੇ ਜਿਹੜਾ ਸੈਂਡ ਆ ਇਹਦਾ ਕਾਰੋਬਾਰ, ਜਿਹੜਾ ਰੇਤਾ ਇਹਦਾ ਕਾਰੋਬਾਰ ਹੈ ਜਿਹੜਾ ਉਹ ਸਰਕਾਰ ਨੂੰ ਆਪਣੇ ਹੱਥਾਂ ਚ ਲੈ ਲੈਣਾ ਚਾਹੀਦਾ। ਤਾਂ ਮੇਰੇ ਖਿਆਲ ਦੇ ਨਾਲ ਨਵਜੋਤ ਸਿੱਧੂ ਦੀਆਂ ਦੋਵੇਂ ਹੀ ਸਲਾਹਾਂ ਉਦੋਂ ਹੀ ਮੰਨ ਲੈਣੀਆਂ ਚਾਹੀਦੀਆਂ, ਹੁਣ ਵੀ ਕੋਈ ਦੇਰ ਨਹੀਂ ਹੋਈ। ਸ਼ਰਾਬ ਤੇ ਰੇਤ ਦਾ ਕਾਰੋਬਾਰ ਹੈ ਜਿਹੜਾ ਸਰਕਾਰ ਨੂੰ ਆਪ ਕਰਨਾ ਚਾਹੀਦਾ। ਹਾਂ, ਇਹਦੇ ਵਿੱਚ ਨਾਰਾਜ਼ਗੀ ਜ਼ਰੂਰ ਝੱਲਣੀ ਪਊ ਕਿਉਂਕਿ ਸ਼ਰਾਬ ਤੇ ਰੇਤ ਦੇ ਕਾਰੋਬਾਰੀ ਉੱਧਰ ਵੀ ਬੈਠੇ ਆ ਤੇ ਇੱਧਰ ਵੀ ਬੈਠੇ ਆ। ਜੀ ਜੀ ਜੀ, ਅਗਲੀ ਮਿੰਟੂ ਜੀ ਗੱਲ ਕਰਦੇ ਹਾਂ। ਕਹਿੰਦੇ ਸੈਣੀ ਦੀ ਪਟੀਸ਼ਨ ਦੇ ਜਵਾਬ ਵਿੱਚ ਪੰਜਾਬ ਸਰਕਾਰ ਨੇ ਆਪਣਾ ਪੱਖ ਦਾਖਲ ਕੀਤਾ ਹੈ। ਦੇਖੋ, ਡੀਜੀਪੀ ਜਿਹੜਾ ਸੀਗਾ ਸਾਬਕਾ ਸਮੀਰ ਸੈਣੀ, ਉਹਨੇ ਇੱਕ ਪਟੀਸ਼ਨ ਪਾਈ ਸੀਗੀ ਜਾ ਕੇ ਸੈਸ਼ਨ ਕੋਰਟ ਲੁਧਿਆਣਾ ਦੇ ਵਿੱਚ। ਤਾਂ ਉਹ ਪਟੀਸ਼ਨ ਕੀ ਸੀਗੀ ਕਿ ਜਿਹੜੀ ਵਿਜੀਲੈਂਸ ਨੇ ਕੈਪਟਨ ਅਮਰਿੰਦਰ ਸਿੰਘ ਦੇ ਕੇਸ ਦੇ ਵਿੱਚ ਕੈਂਸਲੇਸ਼ਨ ਰਿਪੋਰਟ ਪਾਈ ਆ, ਤਾਂ ਉਹ ਰਿਪੋਰਟ ਸੁਣੇ ਜਾਣ ਤੋਂ ਪਹਿਲਾਂ ਮੇਰਾ ਪੱਖ ਵੀ ਸੁਣਿਆ ਜਾਵੇ। ਮਤਲਬ ਕਿ ਜੇ ਕੋਈ ਕਾਰਵਾਈ ਕਰਨੀ ਹੈ ਤਾਂ ਉਸ ਤੋਂ ਪਹਿਲਾਂ ਮੇਰਾ ਪੱਖ ਸੁਣਿਆ ਜਾਵੇ। ਔਰ ਕਮਾਲ ਦੀ ਗੱਲ ਇਹ ਆ ਕਿ ਸੁਮੇਰ ਸਿੰਘ ਸੈਣੀ ਨੇ ਜਾ ਕੇ ਆਪਣੀ ਪਟੀਸ਼ਨ ਚ ਇਹ ਗੱਲ ਆਖੀ ਕਿ ਮੇਰੇ ਕੋਲ ਕੁਛ ਦਸਤਾਵੇਜ਼ ਆ। ਮੈਂ ਬੜਾ ਦੰਗ ਰਿਹਾ ਇਹ ਚੀਜ਼ ਪੜ੍ਹ ਕੇ ਮੀਡੀਆ ਦੇ ਵਿੱਚ, ਕਿ ਉਹ ਜਾ ਕੇ ਕਹਿੰਦਾ ਪਿਆ ਕਿ ਮੇਰੇ ਕੋਲ ਕੁਛ ਦਸਤਾਵੇਜ਼ ਆ, ਮੈਂ ਉਹ ਕੋਰਟ ਦੇ ਵਿੱਚ ਰੱਖਣਾ ਚਾਹੁੰਦਾ। ਔਰ ਕਮਾਲ ਦੀ ਗੱਲ ਇਹ ਕਿ ਜਦੋਂ ਇਹ ਮਾਮਲਾ ਦਰਜ ਹੋਇਆ ਸੀਗਾ ਉਸ ਸਮੇਂ ਵਿਜੀਲੈਂਸ ਦਾ ਹੈਡ ਸੀਗਾ ਸੁਮੇਰ ਸੈਣੀ। ਤਾਂ ਇਹਦਾ ਮਤਲਬ ਹੈ ਕਿ ਜਾਣ ਕੇ ਇਹਨੇ ਕਾਗਜ਼ਾਤ ਜਿਹੜੇ ਸੀਗੇ ਦਸਤਾਵੇਜ਼ ਸੀਗੇ ਜਿਹੜੇ ਉਹ ਪੂਰੇ ਸਰਕਾਰ ਕੇਸ ਦੇ ਵਿੱਚ ਨਹੀਂ ਲਾਏ, ਲੁਕੋ ਕੇ ਰੱਖ ਲਏ ਕੋਲ। ਤਾਂ ਇਹ ਇੱਕ ਬੜਾ ਵਚਿੱਤਰ ਜਿਹਾ ਮਾਮਲਾ ਬਣਦਾ ਹੈ ਕਿ ਉਸ ਸਮੇਂ ਦਾ ਜਿਹੜਾ ਵਿਜੀਲੈਂਸ ਡਿਪਾਰਟਮੈਂਟ ਦਾ ਮੁਖੀ ਆ ਉਹ ਕਹਿੰਦਾ ਕਿ ਮੇਰੇ ਕੋਲ ਦਸਤਾਵੇਜ਼ ਪਏ, ਤਾਂ ਜਦਕਿ ਦਸਤਾਵੇਜ਼ ਤੇ ਇਹਨਾਂ ਨੂੰ ਨਾਲ ਲਾਉਣੇ ਚਾਹੀਦੇ ਸੀਗੇ ਪੂਰੇ ਕੇਸ ਤੇ। ਖੈਰ, ਹੁਣ ਪਤਾ ਨੀ ਕਿਹੋ ਜਿਹੇ ਦਸਤਾਵੇਜ਼ ਆ। ਤਾਂ ਬਹਿਰਹਾਲ ਸਰਕਾਰ ਨੇ ਜਾ ਕੇ ਉੱਥੇ ਆਪਣਾ ਹੁਣ ਜਵਾਬ ਦਾਖਲ ਕੀਤਾ। ਕੁਛ ਲੋਕ ਇਹ ਮੰਨ ਕੇ ਚੱਲਦੇ ਪਏ ਆ ਕਿ ਸੁਮੇਰ ਸੈਣੀ ਹੈ ਜਿਹੜਾ ਖੁਦ, ਜਿੱਦਾਂ ਬਹਿਬਲ ਕਲਾਂ ਗੋਲੀਕਾਂਡ ਹੋਇਆ ਜਾਂ ਜਿੱਦਾਂ ਬੇਅਦਬੀ ਦੇ ਮਾਮਲੇ ਆ, ਤਾਂ ਉਸ ਸਮੇਂ ਦਾ ਕਿਉਂਕਿ ਤਤਕਾਲੀ ਇਹ DGP ਸੀਗਾ ਇਹ ਕਸੂਤਾ ਫਸਦਾ, ਇਸ ਕਰਕੇ ਸਰਕਾਰ ਤੇ ਦਬਾਅ ਬਣਾਉਣ ਲਈ ਏਦਾਂ ਦੀ ਪਟੀਸ਼ਨ ਪਾਈ ਆ ਕਿ ਜੇ ਤੁਸੀਂ ਇੱਧਰ ਨੂੰ ਚੱਲੋਗੇ ਤੇ ਫਿਰ ਮੈਂ ਇੱਧਰ ਨੂੰ ਚੱਲਾਂਗਾ। ਤਾਂ ਹੁਣ ਦੇਖਣਾ ਇਹ ਹੋਏਗਾ ਕਿ ਇਹਨਾਂ ਦੇ ਜਵਾਬ ਦੇ ਵਿੱਚੋਂ ਕੀ ਨਿਕਲਦਾ, ਕੋਰਟ ਕਿਸ ਤਰ੍ਹਾਂ ਦਾ ਫੈਸਲਾ ਲੈਂਦੀ। ਜੀ ਜੀ, ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਜਾਂਚ ਰਿਪੋਰਟ ਨੂੰ ਚੁਣੌਤੀ ਦੇਵੇਗਾ ਮਿੱਠੂ। ਮਿੱਠੂ ਤੇ ਫਿਰ ਕੌੜਾ ਮਾਲੀ ਬਣ ਗਿਆ, ਮਿੱਠੂ ਕਾਹਦਾ ਹੈ ਗਿਆ, ਕਿਉਂਕਿ ਇਸ ਜਾਂਚ ਪੜਤਾਲ ਦੀ ਰਿਪੋਰਟ ਦੇ ਵਿੱਚ ਤੇ ਨਵਜੋਤ ਸਿੱਧੂ ਤੇ ਨਵਜੋਤ ਸਿੱਧੂ ਦੀ ਪਤਨੀ ਨੂੰ ਕਲੀਨ ਚਿੱਟ ਮਿਲੀ ਆ। ਇਹਦਾ ਮਤਲਬ ਇਹ ਆ ਕਿ ਉਹ ਫਿਰ ਇਹਨਾਂ ਦੀ ਕਲੀਨ ਚਿੱਟ ਨੂੰ ਵੀ ਵਿੱਚ ਚੁਣੌਤੀ ਦੇਊਗਾ, ਕਿਉਂਕਿ ਰਿਪੋਰਟ ਨੂੰ ਚੁਣੌਤੀ ਦੇਣੀ। ਤਾਂ ਰਿਪੋਰਟ ਦੇ ਵਿੱਚ ਜਿਹਨੂੰ ਜਿਹਨੂੰ ਵੀ ਤਲਬ ਕੀਤਾ ਗਿਆ, ਦੋਸ਼ੀ ਬਣਾਇਆ ਗਿਆ ਜਾਂ ਕਲੀਨ ਚਿੱਟ ਦਿੱਤੀ ਹੈ, ਤਾਂ ਉਹ ਸਾਰੇ ਹੀ ਉਸ ਚੌਕੇ ਦੇ ਵਿੱਚ ਆਉਣਗੇ। ਖੈਰ, ਮਿੱਠੂ ਮੈਦਾਨ ਇਹਨਾਂ ਦਾ ਨੇੜਲਾ ਨਵਜੋਤ ਸਿੱਧੂ ਹੋਰਾਂ ਦਾ, ਕਿਉਂਕਿ ਇਹਨੂੰ ਰਿਪੋਰਟ ਦੇ ਵਿੱਚ ਦੋਸ਼ੀ ਬਣਾਇਆ ਗਿਆ, ਨਾਲ ਰੇਲਵੇ ਵਾਲੇ ਦੋਸ਼ੀ ਬਣਾਏ ਗਏ, ਪੁਲਿਸ ਪ੍ਰਸ਼ਾਸਨ ਨੂੰ ਵੀ ਜ਼ਿੰਮੇਵਾਰ ਦੱਸਿਆ ਗਿਆ। ਤਾਂ ਉਸ ਰਿਪੋਰਟ ਨੂੰ ਇਹਨੇ ਕਿਹਾ ਕਿ ਮੈਂ ਚੈਲੰਜ ਕਰੂੰਗਾ,
ਔਰ ਸੁਣਨ ਦੇ ਵਿੱਚ ਇਹ ਆਇਆ ਜਿੰਨੀ ਕੁ ਆਫ ਦੀ ਰਿਕਾਰਡ ਜਾਣਕਾਰੀ ਮਿਲੀ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੁਕਮ ਵੀ ਦੇ ਦਿੱਤੇ ਆ ਕਿ ਰਿਪੋਰਟ ਦੇ ਵਿੱਚ ਜਿਹੜੇ ਜਿਹੜੇ ਵੀ ਮਹਿਕਮੇ ਜਾਂ ਜਿਹੜਾ ਜਿਹੜਾ ਵੀ ਕੋਈ ਬੰਦਾ ਜ਼ਿੰਮੇਵਾਰ ਪਾਇਆ ਗਿਆ ਉਹਦੇ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇ। ਇਹ ਹੁਣ ਦਿਲਚਸਪ ਗੱਲ ਹੈ ਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਆਰਡਰ ਕਰ ਦਿੱਤੇ ਆ ਔਰ ਦੂਸਰੇ ਪਾਸੇ ਇਹਨਾਂ ਦਾ ਆਪਣੇ ਮੰਤਰੀ ਹੀ ਜਿਹੜਾ ਬਹੁਤ ਨਜ਼ਦੀਕੀ ਆ ਮਿੱਠੂ ਮਦਾਨ, ਉਹ ਹੁਣ ਕਹਿੰਦਾ ਕਿ ਮੈਂ ਇਸ ਰਿਪੋਰਟ ਨੂੰ ਜਾ ਕੇ ਚੈਲੰਜ ਕਰੂੰਗਾ। ਤੋ ਇਹ ਦੋ ਵਿਰੋਧਾਭਾਸ ਵਾਲੀਆਂ ਗੱਲਾਂ ਨੇ ਕਿ ਇੱਕ ਪਾਸੇ ਕਾਂਗਰਸ ਸਰਕਾਰ ਕਾਰਵਾਈ ਦੀ ਇਹ ਕੁਵਤ ਆਰੰਭ ਕੇ ਬੈਠੀ ਆ ਤੇ ਦੂਸਰੇ ਪਾਸੇ ਇਹਨਾਂ ਦੇ ਹੀ ਆਪਣੇ ਇੱਕ ਕੌਂਸਲਰ ਦਾ ਮੁੰਡਾ ਜਿਹੜਾ ਕਿ ਮੰਤਰੀ ਦਾ ਬਹੁਤ ਨਜ਼ਦੀਕੀ ਆ ਉਹ ਕਹਿੰਦਾ ਕਿ ਮੈਂ ਚੈਲੰਜ ਕਰੂੰਗਾ। ਤਾਂ ਲੱਗਦਾ ਇਹੋ ਆ ਕਿ ਕਿਤੇ ਨਾ ਕਿਤੇ ਟਸਲਬਾਜ਼ੀ ਆ ਜਿਹੜੀ ਅੰਦਰੂਨੀ ਟਸਲਬਾਜ਼ੀ ਆ ਉਹ ਵੀ ਰੰਗ ਦਿਖਾਊਗੀ ਆਉਣ ਵਾਲੇ ਸਮੇਂ ਦੇ ਵਿੱਚ। ਹੋ ਸਕਦਾ ਪਰਦੇ ਦੇ ਪਿੱਛੇ ਰੰਗ ਉਹ ਦਿਖਾਈ ਵੀ ਜਾਂਦੀ ਹੋਵੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੀਜ਼ ਜਿਹੜੀ ਆ ਖੁੱਲ ਕੇ ਵੀ ਇਹਨਾਂ ਦਾ ਕਿਤੇ ਨਾ ਕਿਤੇ ਜਿਹੜਾ ਅੰਦਰ ਦਾ ਕਲੇਸ਼ ਉਹਨੂੰ ਬਾਹਰ ਲਿਆ ਸਕਦੀ। ਜੀ ਜੀ ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤੇ ਉੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ 'ਤੇ ਨਜ਼ਰ ਸਮਾਪਤ ਹੈ, ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।